ਮਲੇਸ਼ੀਆ ਦਾ ਇੱਕ ਗੁਰਦੁਆਰਾ ਸਾਹਿਬ ਅੱਜ ਕੱਲ੍ਹ ਆਪਣੇ 700 ਕਿਲੋ ਦੀ ਗੁਰੂ ਗ੍ਰੰਥ ਸਾਹਿਬ ਦੀ ਵੱਡੇ ਆਕਾਰ ਦੀ ਬੀੜ ਤਿਆਰ ਕਰਵਾਉਣ ਨੂੰ ਲੈ ਕੇ ਚਰਚਾ ਵਿੱਚ ਹੈ। ਕਿਸੇ ਮੂਰਤੀ ਵਾਂਗ ਸਥਾਪਿਤ ਕੀਤੇ ਗਏ ਵੱਡੇ ਆਕਾਰ ਦੇ ਗ੍ਰੰਥ ਸਾਹਿਬ ਨੂੰ ਸੰਗਤ ਮੂਰਤੀ ਵਾਂਗ ਮੱਥਾ ਟੇਕ ਰਹੀ ਹੈ। ਇਹ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਦੇ ਖਿਲਾਫ ਹੈ, ਜਿਸ ਦਾ ਪੰਨਾ ਪਲਟਣ ਲਈ 4 ਜਣੇ ਚਾਹੀਦੇ ਹਨ, ਨਾਲੇ ਤਰੁੱਟੀਆਂ ਦੀ ਭਰਮਾਰ ਹੈ। ਇੱਕ ਓਂਕਾਰ ਦਾ ਪ੍ਰਿੰਟ ਵੀ ਗਲਤ ਹੈ। ਇਹ ਮਾਮਲਾ ਮਲੇਸ਼ੀਆ ਦੇ ਸ਼ਹਿਰ ਕੁਆਲਾਲੰਪੁਰ ਦਾ ਹੈ, ਜਿੱਥੋਂ ਦੇ ਗੁਰਦੁਆਰਾ ਪੰਚੌਂਗ ਵਿੱਚ ਇੱਕ ਤੀਜੇ ਪ੍ਰਕਾਰ ਦਾ ਵੱਡ ਆਕਾਰੀ ਬੀੜ, ਜਿਸ ਦਾ ਸਾਈਜ਼ 4.5 ਫੁੱਟ ਹੈ, ਪਿਛਲੇ ਲੰਬੇ ਸਮੇਂ ਤੋਂ ਸ਼ੀਸ਼ੇ ਦੇ ਕੈਬਨ ਵਿੱਚ ਰੱਖ ਕੇ ਮੂਰਤੀ ਵਾਂਗ ਉਸਦੀ ਪੂਜਾ ਕੀਤੀ ਜਾ ਰਹੀ ਹੈ। ਸਿੱਖ ਚਿੰਤਕ ਰਜਿੰਦਰ ਸਿੰਘ ਰਾਜਨ ਨੇ ਇਸ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਹਨ। ਰਜਿੰਦਰ ਸਿੰਘ ਰਾਜਨ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਦੀ ਦੇਖ ਰੇਖ ਵਿੱਚ ਇਹ ਬੀੜ ਤਿਆਰ ਕਰਵਾਈ ਗਈ। ਇਸ ਬੀੜ ਦਾ ਵਜ਼ਨ 700 ਕਿਲੋ ਹੈ ਅਤੇ ਇੱਕ ਅੰਗ ਪਲਟਣ ਵਾਸਤੇ 4 ਬੰਦੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਸ ਦੀ ਜਿਲਤ ਉੱਤੇ ਇੱਕ ਓਂਕਾਰ ਵੀ ਗਲਤ ਪ੍ਰਿੰਟ ਹੋਇਆ ਹੈ। ਸਰਦਾਰ ਰਾਜਨ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਉਹ ਬੀੜ ਕਦੇ ਵੀ ਪ੍ਰਕਾਸ਼ ਨਹੀਂ ਕੀਤੀ ਜਾਂਦੀ। ਉਸ ਥੜੇ ਤੇ ਸ੍ਰੀ ਅਖੰਡ ਪਾਠ ਸਾਹਿਬ ਵੀ ਅਕਸਰ ਚੱਲਦਾ ਰਹਿੰਦਾ ਹੈ। ਉਹਨਾਂ ਕਿਹਾ ਕਿ ਭਰੋਸੇਯੋਗ ਸੂਤਰਾਂ ਅਨੁਸਾਰ ਇਹ ਸਾਰਾ ਮਾਮਲਾ ਸੁਚੇਤ ਸੰਗਤਾਂ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਧਿਆਨ ਵਿੱਚ ਪਹਿਲਾਂ ਤੋਂ ਲਿਆਂਦਾ ਗਿਆ ਹੈ। ਉਹਨਾਂ ਕਿਹਾ ਕਿ ਮੈਂ 29/7/2017 ਨੂੰ ਇਸ ਮਾਮਲੇ ਸੰਬੰਧੀ ਗੱਲਬਾਤ ਕਰਨ ਲਈ ਜਥੇਦਾਰ ਦੇ ਪੀਏ ਦੇ ਮੋਬਾਈਲ ਤੇ ਕਾਲ ਕਰਕੇ ਜਥੇਦਾਰ ਸਾਹਿਬ ਨਾਲ ਗੱਲ ਕਰਵਾਉਣ ਲਈ ਕਿਹਾ, ਫਿਰ ਪੀਏ ਨੇ ਮੇਰੀ ਗੱਲਬਾਤ ਨਹੀਂ ਕਰਵਾਈ, ਸਗੋਂ ਮੈਨੂੰ ਕਿਹਾ ਕਿ ਇੱਥੇ ਕੋਈ ਗੁਰਭਜਨ ਸਿੰਘ ਨਹੀਂ ਹੈ। ਸਰਦਾਰ ਰਾਜਨ ਨੇ ਕਿਹਾ ਕਿ ਮੈਂ ਪੀਏ ਨਾਲ ਕੀਤੀ ਸਾਰੀ ਗੱਲਬਾਤ ਦੀ ਰਿਕਾਰਡਿੰਗ ਕਰ ਲਈ ਹੈ, ਜੋ ਹੁਣ ਵੀ ਮੇਰੇ ਕੋਲ ਮੌਜੂਦ ਹੈ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਪਤਾ ਨਹੀਂ ਜਥੇਦਾਰ ਸਾਹਿਬ ਨੇ ਇਸ ਮਾਮਲੇ ਤੇ ਚੁੱਪ ਕਿਉਂ ਵੱਟੀ ਹੋਈ ਹੈ। ਉਹਨਾਂ ਕਿਹਾ ਕਿ ਹੁਣ ਸਵਾਲ ਇਹ ਹਨ ਕਿ ਉਹ ਬੀੜ ਕਿਸ ਤਰੀਕੇ ਨਾਲ ਤਿਆਰ ਕਰਵਾਈ ਗਈ, ਕਿ ਉਸ ਨੂੰ ਤਿਆਰ ਕਰਵਾਉਣ ਲਈ ਕਿਸੇ ਸਿੱਖ ਸੰਸਥਾ ਨੂੰ ਅਗਾਉਂ ਸੂਚਿਤ ਕਰਕੇ ਪ੍ਰਵਾਨਗੀ ਲਈ ਗਈ, ਇਸ ਬੀੜ ਨੂੰ ਤਿਆਰ ਕਰਵਾਉਣ ਲਈ ਕਿਹੜੇ ਭਰੋਸੇਯੋਗ ਸਰੋਤ ਵਰਤੇ ਗਏ, ਉਹ ਬੀੜ ਕਿੱਥੋਂ ਤਿਆਰ ਕਰਵਾਈ ਗਈ ਅਤੇ ਤਿਆਰ ਕਰਨ ਵਾਲਿਆਂ ਦਾ ਇਸ ਪ੍ਰਤੀ ਕਿੰਨਾ ਕੁ ਤਜਰਬਾ ਹੈ, ਕਿ ਬੀੜ ਤਿਆਰ ਹੋਣ ਤੋਂ ਪਹਿਲਾਂ ਕੋਈ ਪ੍ਰੂਫ ਰੀਡਿੰਗ ਹੋਈ ਅਤੇ ਪ੍ਰੂਫ ਰੀਡਿੰਗ ਕਰਨ ਵਾਲਿਆਂ ਦਾ ਬਾਣੀ ਪ੍ਰਤੀ ਕੀ ਤਜਰਬਾ ਹੈ, ਕਿ ਕਿਸੇ ਪ੍ਰਮਾਣਿਤ ਬੀੜ ਨਾਲ ਕੋਈ ਮਿਲਾਨ ਕੀਤਾ ਗਿਆ, ਇਹਨੇ ਵੱਡੇ ਆਕਾਰ ਵਿੱਚ ਬੀੜ ਤਿਆਰ ਕਰਵਾਉਣ ਦਾ ਮਕਸਦ ਕੀ ਸੀ। ਉਹਨਾਂ ਕਿਹਾ ਕਿ 71 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੁਸਾਰ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖਰੇ ਵੱਖਰੇ ਤੌਰ ਤੇ ਮਤੇ ਪਾਸ ਕੀਤੇ ਗਏ ਹਨ ਕਿ ਬੀੜਾਂ ਛਾਪਣ ਦਾ ਅਧਿਕਾਰ ਸਿਰਫ ਅਤੇ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਹੈ, ਹੋਰ ਕਿਸੇ ਨੂੰ ਨਹੀਂ। ਇਸ ਮਾਮਲੇ ਨੂੰ ਲੈ ਕੇ ਸਿੱਖ ਬੁੱਧੀਜੀਵੀ ਵੀ ਲਗਾਤਾਰ ਸਵਾਲ ਚੁੱਕ ਰਹੇ ਹਨ। ਹਰਜੀਤ ਸਿੰਘ ਟਪਾਲੀ ਸਿੱਖ ਪ੍ਰਚਾਰਕ ਦਾ ਕਹਿਣਾ ਹੈ ਕਿ ਇਸ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ, ਇਸ ਬਾਰੇ ਨੁਮਾਇੰਦਾ ਸੰਸਥਾਵਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਸਿੱਖ ਨਿਊਜ਼ ਐਕਸਪ੍ਰੈਸ ਨਾਲ ਖਾਸ ਤੌਰ ਤੇ ਗੱਲਬਾਤ ਕਰਦਿਆਂ ਉਹਨਾਂ ਨੇ ਇਹ ਸਵਾਲ ਚੁੱਕੇ ਹਨ। ਹਾਂਜੀ ਵੀਰ ਜੀ, ਇਹ ਤਾਂ ਮਤਲਬ ਪਹਿਲੀ ਗੱਲ ਤੇ ਇਹ ਹੈ ਵੀ ਉਹਨਾਂ ਨੂੰ ਪਰਮਿਸ਼ਨ ਕਿਹਨੇ ਦਿੱਤੀ ਆ, ਕੀ ਤੋਂ ਆਗਿਆ ਲਈ ਆ, ਕੀ ਏਦਾਂ ਉਹਨਾਂ ਕੋਲ ਅਥਾਰਟੀ ਹੈ ਵੀ ਹੁਣ ਜਿਹੜਾ ਅਕਾਲ ਤਖ਼ਤ ਸਾਹਿਬ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੱਲ ਦੀ ਪੜਤਾਲ ਕਰੇ, ਹਨਾ, ਵੀ ਕੀ ਉਹ ਜਿਹੜੀ ਉਹ ਲਿਖੇ ਗਏ ਨੇ ਗੁਰੂ ਗ੍ਰੰਥ ਸਾਹਿਬ ਪਾਸੇ ਸਰੂਪ ਸ਼ੁਰੂ ਜੋ ਮੀਡੀਆ ਤੇ ਆਇਆ, ਪਹਿਲੀ ਗੱਲ ਤਾਂ ਸਭ ਤੋਂ ਜਿਹੜਾ ਇੱਕ ਓਂਕਾਰ ਦਾ ਸਰੂਪ ਹੀ ਗਲਤ ਲਿਖਿਆ ਹੋਇਆ ਜੋ। ਅੱਛਾ, ਅਗਲੀ ਗੱਲ ਕੀ ਉਹ ਜਿਹੜਾ ਕੀ ਉਹ ਜਿਹੜਾ ਸਰੂਪ ਲਿਖਿਆ ਗਿਆ ਕੀ ਜੋ ਪ੍ਰਵਾਨਿਤ ਬੀੜ ਆ ਸਰੂਪ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਵਾਨਿਤ ਕੀ ਉਹਨਾਂ ਤੋਂ ਉਤਾਰਾ ਕੀਤਾ ਗਿਆ, ਠੀਕ ਹੈ ਜੀ। ਤੇ ਇਸ ਲਈ ਮਤਲਬ ਇਹ ਬਹੁਤ ਵੱਡੀ ਚਾਲ ਆ, ਤੁਸੀਂ ਵੇਖਿਆ ਹੋਵੇਗਾ ਕੁਝ ਸਮਾਂ ਪਹਿਲਾਂ 2017 ਦੇ ਵਿੱਚ ਜਿਹੜੀ ਇੱਕ ਏਦਾਂ ਹੀ ਕਿਸੇ ਨੇ ਆਪਦੀ ਮਨਮਰਜ਼ੀ ਨਾਲ ਸਰੂਪ ਲਿਖ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਕੇ ਭੇਟ ਕੀਤਾ ਸੀ, ਉਹ ਸਰੂਪ ਤੋਂ ਜਦੋਂ ਪਾਠੀ ਸਿੰਘ ਪਾਠ ਕਰ ਰਹੇ ਸੀਗੇ, ਬਹੁਤ ਵੱਡੀਆਂ ਗਲਤੀਆਂ ਸੀ, ਖਿਲਵਾੜ ਕੀਤੀ ਗਈ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ। ਉਹ ਤਾਂ ਚਲੋ ਵੀ ਜਿਵੇਂ ਸ਼੍ਰੋਮਣੀ ਕਮੇਟੀ ਮਲਾਇਕੀ ਆ ਉਹ ਮਸਲੇ ਹੀ ਮਤਲਬ ਹੋਰ ਦਾ ਹੋਰ ਬਣਾ ਕੇ ਦੱਬਤਾ, ਹਨਾ। ਇਹ ਵੀ ਜਿਹੜਾ ਹੁਣ ਕਿਉਂਕਿ ਇਹ ਲੋਕ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਗੁਰਬਾਣੀ ਦੇ ਵਿੱਚ ਤਾਂ ਆਪੋ ਆਪਣੀ ਨਾਲ ਗੁਰੂ ਗ੍ਰੰਥ ਸਾਹਿਬ ਲਿਖ ਕੇ ਜਿਵੇਂ ਅੱਜ ਪਹਿਲਾਂ ਸੀਗੇ ਜਿਹੜੇ ਗੁਰੂ ਕਾਲ ਦੌਰਾਨ ਜਿਵੇਂ ਮਿਹਰਬਾਨ ਅਰਗੇ ਜਾਂ ਪਿਰਥੇ ਉਹਨਾਂ ਦੀ ਸ਼ਹਿਰ ਤੇ ਜਿਹੜੇ ਨਕਲੀ ਸਰੂਪ ਇੱਦਾਂ ਤਿਆਰ ਕਰ ਕਰਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਮਤਲਬ ਕਹਿ ਲਓ ਵੀ ਇੱਕ ਨਕਲੀ ਗੁਰੂ ਰਾਮੇ ਇਸ ਤਰੀਕੇ ਨਾਲ ਵੀ ਚਲਾਉਣ ਦੀ ਛਾਸ਼ਾ ਜਿਹੜੀ ਪਹਿਲਾਂ ਗੁਰੂ ਕਾਲ ਤੋਂ ਚੱਲਦੀ ਆ ਰਹੀ ਹੈ, ਇਹ ਵੀ ਅਸਲ 'ਚ ਉਹਨਾਂ ਦਾ ਰੂਪ ਨੇ ਜਿਹੜੇ ਮਲੇਸ਼ੀਆ ਵਾਲੇ ਜਿਹੜੇ ਬੰਦੇ ਨੇ, ਤੇ ਇਹਨਾਂ ਤੇ ਸਖ਼ਤ ਤੋਂ ਸਖ਼ਤ ਅਸਲ 'ਚ ਕਾਰਵਾਈ ਹੋਣੀ ਜਿਹਦੀ ਕਾਨੂੰਨੀ ਕਾਰਵਾਈ, ਤੇ ਨਾਲ ਦੀ ਨਾਲ ਅਦਾਲਤ ਨੇ ਭਰੀਸਣਾ ਚਾਹੀਦਾ ਇਹੋ ਜਿਹੇ ਲੋਕਾਂ ਨੂੰ ਵੀ ਜਿਹੜੇ ਬਿਨਾਂ ਪਰਮਿਸ਼ਨ ਦੇ ਇੱਥੇ ਹੁਣ ਸ਼੍ਰੋਮਣੀ ਕਮੇਟੀ ਜਿਹੜੇ ਸਾਡੇ ਕਾਲ ਸਾਹਿਬ ਦੇ ਜਥੇਦਾਰ ਆ ਉਹਨਾਂ ਨੂੰ ਵੀ ਸੰਗਤ ਨੂੰ ਸਵਾਲ ਕਰਨਾ ਜਿਹੜੇ ਜਵਾਬਦੇਹੀ ਜਵਾਬ ਤਲਬ ਇਹਨਾਂ ਦੀ ਹੋਣੀ ਚਾਹੀਦੀ ਹੈ ਵੀ ਕੀ ਮਤਲਬ ਤੁਹਾਡਾ ਕੋਈ ਫਰਜ਼ ਨਹੀਂ ਬਣਦਾ ਵੀ ਇੱਕ ਬੰਦਾ ਕੋਈ ਇੱਕ ਦਿਨ 'ਚ ਤਾਂ ਤਿਆਰ ਨਹੀਂ ਹੋ ਗਿਆ, ਇੱਕ ਲੰਮਾ ਪ੍ਰੋਸੀਜਰ ਆ ਇੰਨੇ ਟਾਈਮ ਦਾ। ਕੁਝ ਤਾਂ ਮਤਲਬ ਸਰੋਤ ਇਹ ਵੀ ਦੱਸ ਰਹੇ ਨੇ ਵੀ ਜਦੋਂ ਗੁਰਬਚਨ ਸਿੰਘ ਜਿਹੜੇ ਪਹਿਲਾਂ ਜਥੇਦਾਰ ਸੀਗੇ, ਚੱਲ ਮਾਫ਼ ਕੀਤਾ ਸੀਗਾ, ਉਹ ਜਦੋਂ ਮਲੇਸ਼ੀਆ ਗਏ ਆ ਉੱਥੋਂ ਦੀ ਸੰਗਤ ਨੇ ਧਿਆਨ 'ਚ ਲਿਆਂਦਾ ਸੀ ਵੀ ਇੱਥੇ ਆਹ ਕਰਤੂਤ ਹੋ ਰਹੀ ਆ, ਪਰ ਜਿਹੜੇ ਬੰਦੇ ਨੇ ਬਣਾਇਆ ਕਹਿੰਦੇ ਬਹੁਤ ਅਸਰ ਜਿਹੜਾ ਰਸੂਖਦਾਰ ਆ, ਤੇ ਉਹਨੇ ਹੋ ਸਕਦਾ ਇਹ ਮਤਲਬ ਗੁਰਬਚਨ ਹੁਣਾਂ ਦੇ ਜਾਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਮੂੰਹ 'ਚ ਡਾਲਰ
ਫੁੰਨ ਕੇ ਪੈਸੇ ਭਰ ਕੇ ਇਹਨੀ ਜ਼ਬਾਨ ਬੰਦ ਕਰਤੀ ਹੋਵੇ। ਪਰ ਹੁਣ ਇਹ ਜਿਹੜਾ ਮੀਡੀਆ 'ਚ ਆਇਆ ਤੁਹਾਡੇ ਵਰਗੇ ਵੀਰਾਂ ਨੂੰ, ਮੈਂ ਕਹਿਣਾ ਇਹਨੂੰ ਵੱਡੇ ਪੱਧਰ 'ਤੇ ਮਸਲੇ ਨੂੰ ਲੈ ਕੇ ਜਾਓ ਤਾਂ ਜੋ ਇਹੋ ਜਿਹੇ ਲੋਕਾਂ ਦੇ ਖਿਲਾਫ਼ ਸਖ਼ਤ ਕਾਰਵਾਈ ਹੋਵੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਸਾਡਾ ਸਿਧਾਂਤ ਆ, ਬਾਣੀ ਆ, ਉਹ ਸਮਝਣ ਵਿਚਾਰਨ ਲਈ ਹੈ। ਅਤੇ ਇਹ ਲੋਕ ਬਿਜ਼ਨਸ ਬਣਾ ਕੇ ਬੈਠੇ ਨੇ ਅਤੇ ਇੱਦਾਂ ਇਹਦਾ ਮਤਲਬ ਬਹੁਤ ਸਾਰੀਆਂ ਤਰੁੱਟੀਆਂ ਰੱਖੀਆਂ ਹੋਈਆਂ ਕੁਦਰਤੀ ਗੱਲ ਆ, ਕਿਉਂਕਿ ਸਰੂਪ ਇੱਕੋ ਓਂਕਾਰ ਜੋ ਜਿਲਦ 'ਤੇ ਛਾਪਿਆ ਗਿਆ ਉਹ ਸਰੂਪ ਹੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੱਕੋ ਓਂਕਾਰ ਦਾ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਦਿੱਤਾ ਉਹਦੇ ਨਾਲ ਮੇਲ ਹੀ ਨਹੀਂ ਖਾ ਰਿਹਾ। ਤੇ ਵਿੱਚ ਤਾਂ ਪਤਾ ਨਿਕਲੀਆਂ ਗਲਤੀਆਂ ਹੋਣਗੀਆਂ ਬਹੁਤ ਆ ਵੀ ਮਤਲਬ ਵੀਰ ਜੀ, ਹੁਣ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਹ ਕਰਨਾ ਜਿਹੜੀ ਕਮੇਟੀ ਨਾ ਬਣਾ ਲੈਣ ਕਿਤੇ। ਪਹਿਲਾਂ ਵੀ ਬਹੁਤ ਸਾਰੀਆਂ ਕਮੇਟੀਆਂ ਬਣੀਆਂ ਜੀ ਜੋ ਕੱਖ ਨਹੀਂ ਨਿਕਲਿਆ ਅੱਜ ਤੱਕ। ਕਮੇਟੀ ਨਹੀਂ ਮਤਲਬ ਰਿਜ਼ਲਟ ਲੈਣ, ਨਤੀਜਾ ਲੈ ਕੇ ਦੇਣ ਕੌਮ ਨੂੰ ਵੀ ਸਖ਼ਤ ਉਹਦੇ ਕਾਰਵਾਈ ਹੋਣੀ ਜਿਹਦੇ ਪਰਚਾ ਹੋਵੇ ਅਤੇ ਕਾਨੂੰਨੀ ਕਾਰਵਾਈ ਇੱਧਰ ਜਿਹੜਾ ਉਹਦੇ ਸ਼੍ਰੋਮਣੀ ਕਮੇਟੀ ਅਕਾਲ ਤਖ਼ਤ ਸਾਹਿਬ ਵੱਲੋਂ। ਅਤੇ ਵੀ ਪਹਿਲੀ ਗੱਲ ਤਾਂ ਵੀ ਜਿਹੜਾ ਇੱਕ ਸਾਡੇ ਸਰੂਪ ਪ੍ਰਮਾਣਤਾ ਜਿਹੜਾ ਸਾਈਜ਼ ਦੀ ਪ੍ਰਮਾਣਤਾ ਅਤੇ ਜਿਹੜੇ ਅੰਕ ਨੇ ਉਹ ਵੀ ਪ੍ਰਮਾਣਿਤ ਇੱਕ ਸਾਈਜ਼ ਦਿੱਤਾ ਹਨਾ, ਤੇ ਉਸ ਉਹ ਇਹ ਵੱਖਰਾ ਉਹ ਤੋਂ ਕਿਵੇਂ ਜਾ ਕੇ ਬਣਾ ਲਿਆ ਕਿਹਤੋਂ ਪ੍ਰਮਾਣ ਦੀ ਲਈ ਆ, ਕਿ ਉਹ ਜਿਹੜੇ ਲਿਖਣ ਵਾਲੇ ਨੂੰ ਵਿਆਕਰਨ ਦੀ ਕਿੰਨੀ ਕੁ ਨੌਲੇਜ ਆ, ਕਿਹੜੇ ਸਰੂਪ ਤੋਂ ਉਤਾਰਾ ਕੀਤਾ, ਇਹ ਕੀ ਪਤਾ ਕਿਹਦੇ ਇਹ ਮਤਲਬ ਬੜੇ ਵੱਡੇ ਪੱਧਰ ਤੇ ਇਹ ਮਤਲਬ ਏਜੰਸੀਆਂ ਜਾਂ ਕਹਿ ਲਓ ਇਹਨਾਂ ਘਟੀਆ ਲੋਕਾਂ ਦੀਆਂ ਚਾਲਾਂ ਜਿਹੜੀਆਂ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਇਹ ਹੱਥਾਂ ਨਾਲ ਦਿੱਤੀਆਂ ਕੰਨਾਂ ਮੂੰਹ ਨਾਲ ਵੀ ਨਹੀਂ ਖੁੱਲਣੀਆਂ, ਹਾਲਾਤ ਵਿਗੜਨਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸੱਚੇ ਸੁੱਚੇ ਗਿਆਨ ਨਾਲ ਭਰਪੂਰ ਹੈ। 35 ਮਹਾਂਪੁਰਖਾਂ ਵੱਲੋਂ ਰਚੀ ਸਮੁੱਚੀ ਬਾਣੀ ਮਾਨਵਤਾ ਨੂੰ ਵਹਿਮਾਂ ਭਰਮਾਂ ਪਖੰਡਾਂ ਧਰਮ ਦੇ ਨਾਮ ਤੇ ਕੀਤੇ ਜਾਣ ਵਾਲੇ ਕਰਮ ਕਾਂਡਾਂ ਅਤੇ ਮੂਰਤੀ ਪੂਜਾ ਦਾ ਖੰਡਨ ਕਰਕੇ ਇੱਕੋ ਅਕਾਲ ਪੁਰਖ ਨਾਲ ਜੋੜਦੀ ਹੈ। ਪਰ ਅਫਸੋਸ ਕਿ ਅੱਜ ਉਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਬਹੁਤੀ ਮਾਇਆ ਇਕੱਠੀ ਕਰਨ ਲਈ ਮੂਰਤੀਆਂ ਵਾਂਗ ਧੜੱਲੇ ਨਾਲ ਪੂਜਾ ਹੋਣ ਲੱਗੀ ਹੈ। ਇਹ ਚਿੰਤਾ ਦਾ ਵਿਸ਼ਾ ਹੈ। ਗਲੋਬ ਐਡਵਾਈਸ ਓਵਰਸੀਜ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ। ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੈਕ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ, LORs, SOPs ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਦੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।